ਰੋਂਦੀਆਂ ਕੁਰਲਾਉਂਦੀਆਂ ਇਹ ਤਸਵੀਰਾਂ ਉਸ ਪਰਿਵਾਰ ਤੋਂ ਸਾਹਮਣੇ ਆਈਆਂ ਨੇ ਜਿਸ ਨੇ ਆਪਣਾ ਨੌਜਵਾਨ ਪੁੱਤ ਵਿਦੇਸ਼ 'ਚ ਖੋ ਦਿੱਤਾ ਤੇ ਅੱਜ ਉਸਦੀ ਮ੍ਰਿਤਕ ਦੇ ਕਰੀਬ 19 ਦਿਨਾਂ ਬਾਅਦ ਉਸਦੇ ਜੱਦੀ ਪਿੰਡ ਪਹੁੰਚੀ ਹੈ ਜਿੱਥੇ ਸਾਰੇ ਰੀਤੀ ਰਿਵਾਜਾਂ ਦੇ ਨਾਲ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਨਮ ਅੱਖਾਂ ਨਾਲ ਪਰਿਵਾਰ ਨੇ ਆਪਣੇ ਪੁੱਤ ਨੂੰ ਆਖਰੀ ਵਿਦਾਈ ਦਿੱਤੀ। ਤਾਂ ਦੱਸ ਦੇ ਕਿ ਨੌਜਵਾਨ ਬਰਨਾਲਾ ਦੇ ਭਦੌੜ ਦਾ ਰਹਿਣ ਵਾਲਾ ਸੀ ਤੇ ਇਸਦਾ ਨਾਮ ਸੁਖਚੈਨ ਸਿੰਘ ਹੈ ਜੋ ਕਿ ਆਪਣੇ ਬਿਹਤਰ ਭਵਿੱਖ ਦੇ ਲਈ ਕਰੀਬ 3 ਸਾਲ ਪਹਿਲਾਂ ਕੈਨੇਡਾ ਗਿਆ ਸੀ ਪਰ ਇੱਕ ਸੜਕੀ ਹਾਦਸੇ ਦੇ ਦੌਰਾਨ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ 19 ਦਿਨ ਬਾਅਦ ਅੱਜ ਇਸ ਦੀ ਮ੍ਰਿਤਕ ਦੇ ਪਿੰਡ ਦੇ ਵਿੱਚ ਪਹੁੰਚਦੀ ਹੈ ਤੇ ਨਮਾਖਾ ਦੇ ਨਾਲ ਪਰਿਵਾਰ ਨੇ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਕੀਤਾ। ਤਾਂ ਲਗਾਤਾਰ ਵਿਦੇਸ਼ ਦੇ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਤਾਂ ਹੁਣ ਇੱਕ ਹੋਰ ਨੌਜਵਾਨ ਦੀ ਮੌਤ ਹੋਈ ਹੈ ਜੋ ਕਿ ਬਰਨਾਲਾ ਦੇ ਭਦੌੜ ਦਾ ਰਹਿਣ ਵਾਲਾ ਸੀ ਤਾਂ ਸੜਕੀ ਹਾਦਸੇ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋ ਗਈ ਸੀ ਤਾਂ ਖਬਰ ਮਿਲਦੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਤੇ ਅੱਜ ਕਰੀਬ 19 ਦਿਨਾਂ ਬਾਅਦ ਇਸ ਨੌਜਵਾਨ ਦੀ ਲਾਸ਼ ਇਸਦੇ ਜੱਦੀ ਪਿੰਡ ਪਹੁੰਚੀ ਜਿਸ ਨੂੰ ਵੇਖ ਕੇ ਪਰਿਵਾਰ ਖੁਦ ਨੂੰ ਨਹੀਂ ਰੋਕ ਪਾਇਆ ਤੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਤਾਂ ਤਸਵੀਰਾਂ ਉਸਦੇ ਜੱਦੀ ਪਿੰਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਸ ਨੌਜਵਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ। ਤਾਂ ਸੜਕੀ ਹਾਦਸੇ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋ ਗਈ ਸੀ ਤਾਂ ਕਰੀਬ 19 ਦਿਨਾਂ ਬਾਅਦ ਇਸ ਨੌਜਵਾਨ ਦੀ ਮ੍ਰਿਤਕ ਦੇ ਇਸਦੇ ਪਿੰਡ ਪਹੁੰਚੀ ਸੀ ਜਿਸ ਤੋਂ ਬਾਅਦ ਇਸਦਾ ਪੂਰੇ ਰੀਤੀ ਰਿਵਾਜਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦੇ ਕਿ ਨੌਜਵਾਨ 3 ਸਾਲ ਪਹਿਲਾਂ ਵਿਦੇਸ਼ ਗਿਆ ਸੀ ਆਪਣੇ ਬਿਹਤਰ ਭਵਿੱਖ ਲਈ ਪਰ ਪਰਿਵਾਰ ਨੂੰ ਨਹੀਂ ਪਤਾ ਸੀ ਕਿ ਉੱਥੇ ਐਡਾ ਵੱਡਾ ਭਾਣਾ ਵਾਪਰ ਜਾਣਾ। ਤਾਂ ਸੜਕੀ ਹਾਦਸੇ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋ ਗਈ ਤੇ ਅੱਜ ਇਸਦਾ ਅੰਤਿਮ ਸੰਸਕਾਰ ਕੀਤਾ ਗਿਆ। ਜੋ ਕੁਝ ਦਿਨ ਪਹਿਲਾਂ ਸੁਖਚੈਨ ਸਿੰਘ ਜੀ ਉਹਨਾਂ ਦੀ ਡੈੱਥ ਹੋਈ ਹੈ ਕੈਨੇਡਾ ਦੇ ਵਿੱਚ ਅਤੇ ਉਹ ਮੇਰਾ ਬੇਟਾ ਵੀ ਉਹਨਾਂ ਦੇ ਨਾਲ ਹੀ ਸੀਗਾ ਉੱਥੇ ਅਤੇ ਉਹ ਵੀ ਉੱਥੇ ਹੀ ਰਹਿੰਦੇ ਇਕੱਠੇ ਰਹਿੰਦੇ ਰਹਿੰਦੇ ਸੀਗੇ ਮਿਲਦੇ ਕਰਦੇ ਸੀਗੇ। ਜੋ ਇਹ ਵਾਪਰੀ ਹੈ ਘਟਨਾ ਬਹੁਤ ਹੀ ਦੁਖਦਾਈ ਜਿਹੜੀ ਮੌਤ ਹੋਈ ਹੈ ਪਰਿਵਾਰ ਨੂੰ ਜਿੰਨਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜਿੱਥੇ ਸਾਨੂੰ ਵੀ ਪਰਿਵਾਰਾਂ ਨੂੰ ਪਿਆ ਅਤੇ ਸਾਰੇ ਭਦੌੜ ਦੇ ਏਰੀਏ ਦੇ ਵਿੱਚ ਬਹੁਤ ਹੀ ਅੱਜ ਸੋਗ ਦੀ ਜਿਹੜੀ ਲਹਿਰ ਹੈਗੀ ਆ ਸਭ ਦੀਆਂ ਅੱਖਾਂ ਨਮ ਨੇ ਗੀਆਂ ਅਤੇ ਇੱਥੇ ਹੀ ਪਰਿਵਾਰ ਨੂੰ ਜਿੱਥੇ ਕਿ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉੱਥੇ ਲੋਕਾਂ ਨੂੰ ਵੀ ਸਾਥੀਆਂ ਨੂੰ ਵੀ ਅਤੇ ਉਹਦੇ ਦੋਸਤਾਂ ਮਿੱਤਰਾਂ ਨੂੰ ਅਤੇ ਰਿਸ਼ਤੇਦਾਰਾਂ ਨੂੰ ਸਭ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਬਹੁਤ ਹੀ ਦੁਖਦਾਈ ਮੌਤ ਹੋਈ ਹੈ ਜੀ। ਰੱਬ ਐਸਾ ਕਿਸੇ ਨੂੰ ਮਨਾ ਕਦੇ ਵੈਰੀ ਦੁਸ਼ਮਣ ਨੂੰ ਮੌਤ ਵੀ ਨਾ ਪਈ। ਕਿੰਨੇ ਦਿਨਾਂ ਬਾਅਦ ਇਹ 18 ਤਰੀਕ ਦੀ ਐਸਟੀਮੇਟ ਸ਼ਾਇਦ 17 ਦੀ ਜਾਂ 18 ਦੀ ਜਿਹੜੀ ਡੈੱਥ ਹੋਈ ਵੀ ਹੈ ਅਤੇ ਜਿਹੜੀ ਕਿ ਹਾਂ ਮੈਨੂੰ ਪ੍ਰੋਪਰ ਪੱਕਾ ਨਹੀਂ ਪਤਾ ਜੀ ਵੀ 17 ਦੀ ਵੀ 13 ਦੀ ਹੋ ਸਕਦੀ ਹੈ ਅਤੇ ਜਿਹੜੀ ਕਿ ਅੱਜ ਬੋਡੀ ਹੈ ਉਹ ਲੈ ਕੇ ਆਉਂਦੀ ਹੈ ਅੰਮ੍ਰਿਤਸਰ ਏਅਰਪੋਰਟ ਤੋਂ ਅਤੇ ਬਹੁਤ ਹੀ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਪਿਆ ਅਤੇ ਬਹੁਤ ਹੀ ਦੁਖਦਾਈ ਘਟਨਾ ਵੀ ਇਹੋ ਜਿਹੀ ਪਰਿਵਾਰ ਕਿਸੇ ਨਾਲ ਵੀ ਕਦੇ ਨਾ ਹੋਵੇ। ਮਾਮਲਾ ਤਾਂ ਹੈ ਜੀ ਬਿੱਕਰ ਸਿੰਘ ਮਿਸਤਰੀ ਦੇ ਪਰਿਵਾਰ 'ਤੇ ਬਹੁਤ ਵੱਡਾ ਪਹਾੜ ਡਿੱਗਿਆ। ਇਹਦਾ ਇਹਨਾਂ ਦਾ ਬੇਟਾ 3 ਸਾਲ ਪਹਿਲਾਂ ਜਿਹਨੂੰ ਅਸੀਂ ਪਿਆਰ ਨਾਲ ਸੁੱਖਾ ਕਹਿ ਦਿੰਦੇ ਹਾਂ ਉਹਦਾ ਨਾਂ ਸੁਖਚੈਨ ਸਿੰਘ ਹੈ। ਉਹ ਮਤਲਬ ਸਾਡੇ ਪਹਿਲਾਂ ਵੀ ਉਹਨਾਂ ਨਾਲ ਉਹਦੇ ਨਾਲ ਚੰਗੇ ਸੰਬੰਧ ਆ। ਸਾਡੇ ਮੇਰੇ ਭਤੀਜੇ ਦਾ ਕਲਾਸ ਫੇਲੋ ਆ, ਪੜ੍ਹਦਾ ਰਿਹਾ ਨਾਲ, ਘਰ ਵੀ ਆਉਂਦਾ ਜਾਂਦਾ ਸੀ। ਉਹ ਕੈਨੇਡਾ ਬੜੇ ਵਧੀਆ ਢੰਗ ਨਾਲ ਗਿਆ, ਉਹਦਾ ਕੰਮ ਕਾਰ ਕਰ ਰਿਹਾ ਸੀ। ਬਸ ਉੱਥੇ ਜਦੋਂ ਕੋਈ ਸਾਡੇ ਭਾਗ ਮਾੜੇ ਹੁੰਦੇ ਆ, ਕੋਈ ਮਾੜਾ ਸਮਾਂ ਆ ਗਿਆ, ਉਹਨੇ ਮਤਲਬ ਐਕਸੀਡੈਂਟ ਹੋ ਗਿਆ। ਮਤਲਬ ਐਕਸੀਡੈਂਟ ਨਾਲ ਉਹਦੀ
ਸੁਖਚੈਨ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਅੱਜ 18-19 ਦਿਨਾਂ ਬਾਅਦ ਡੈੱਡ ਬੋਡੀ ਇੱਥੇ ਪਹੁੰਚੀ ਹੈ। ਅੱਜ ਹੁਣ ਇੱਥੇ ਜਿਹੜਾ ਵਿਸਾਖੀ ਵਾਲਾ ਰੋਡ 'ਤੇ ਰਾਮ ਬਾਗ ਹੈ ਉੱਥੇ ਸੰਸਕਾਰ ਕੀਤਾ। ਬੜੇ ਦੁੱਖ ਦੀ ਗੱਲ ਹੈ, ਸਾਰੇ ਪਿੰਡ ਦੇ ਸਾਰੇ ਏਰੀਏ ਦੇ ਕੋਨੇ ਕੋਨੇ ਤੋਂ ਸੰਗਤ ਆਈ ਬਿੱਕਰ ਸਿੰਘ ਮਿਸਤਰੀ ਨਾਲ ਦੁੱਖ ਵੰਡਾਉਣ ਵਾਸਤੇ। ਪਰ ਗੱਲ ਇਹ ਹੈ ਵੀ ਚਾਹੇ ਦੁੱਖ ਵੰਡਾਇਆ ਜਾਂਦਾ ਹੈ, ਪਰ ਗੱਲ ਹੈ ਧੰਨ ਉਹ ਮਾਂ ਹੈ, ਧੰਨ ਉਹ ਪਿਓ ਹੈ ਜਿਨ੍ਹਾਂ ਦਾ ਮਤਲਬ ਐਡਾ ਨੌਜਵਾਨ ਅਤੇ ਐਡਾ ਸਿਆਣਾ ਅਤੇ ਐਡਾ ਲਾਇਕ ਸਪੁੱਤਰ ਉਹਨਾਂ ਦੇ ਕੋਲੋਂ ਚਲਿਆ ਗਿਆ। ਇਹਦੀ ਕਿਸੇ ਹੱਦ 'ਤੇ ਵੀ ਇਹ ਘਾਟਾ ਪੂਰਾ ਨਾ ਹੋਣ ਵਾਲਾ ਘਾਟਾ ਪੂਰਾ ਹੋਣ ਨਹੀਂ ਹੋ ਸਕਦਾ। ਨਹੀਂ ਜੀ, ਇਹ ਤਾਂ ਡੈੱਡ ਬੋਡੀ ਸੰਬੰਧੀ ਤਾਂ ਜੀ ਗੱਲ ਇਹ ਹੈ ਵੀ ਇਹ ਤਾਂ ਪਰਿਵਾਰ ਦਾ ਇਕੱਲਾ ਹੀ ਮੁੰਡਾ ਸੀ ਉੱਥੇ ਉੱਥੇ ਮਤਲਬ ਇਹਨਾਂ ਦਾ ਮੁੰਡੇ ਦਾ ਕਲਾਸ ਫੈਲੋ ਆ ਤਲਵੰਡੀ ਤੋਂ, ਮੁੰਡਾ ਵਿਕਰਮ ਸ਼ਾਇਦ ਉਹਦਾ ਨਾਂ, ਉਹਨੇ ਜ਼ਿਆਦਾ ਉੱਥੇ ਮਤਲਬ ਉਹਨੇ ਆਪਦੇ ਸਾਥੀਆਂ ਨੂੰ ਨਾਲ ਲਾ ਕੇ ਉਹਨੇ ਮਤਲਬ ਸਾਰਾ ਮਤਲਬ ਉੱਥੇ ਦੇਖ ਭੇੜੇ ਕਰਕੇ ਉਹ ਹੁਣ ਆਪ ਅੱਜ ਡੈੱਡ ਬੋਡੀ, ਕੱਲ੍ਹ ਉਹ ਆਪ ਮੂਹਰੇ ਆ ਗਿਆ ਸੀ। ਉਹ ਮੁੰਡੇ ਨੇ ਜ਼ਿਆਦਾ ਇਹਦੇ 'ਚ ਵੱਡਾ ਰੋਲ ਕੀਤਾ ਜੀ। ਹਾਂ, ਇਹਦੇ ਜਿਹੜੇ ਸੁਖਚੈਨ ਦੇ ਮਿੱਤਰ ਹੈ, ਇਹਦੇ ਦੋਸਤ ਹੈ, ਉਹਨਾਂ ਦਾ ਜ਼ਿਆਦਾ ਰੋਲ ਹੈ ਜੀ। ਨਹੀਂ, ਉਹਨਾਂ ਦਾ ਇਹਦੇ ਵਿੱਚ ਕੋਈ ਕਿਸੇ ਨੇ ਪੁੱਛਿਆ ਨਹੀਂ, ਕੋਈ ਕੁਛ ਨਹੀਂ, ਮਤਲਬ ਕੋਈ ਕਿਸੇ ਨੇ ਰੋਲ ਨਹੀਂ ਕੀਤਾ। ਇਹ ਤਾਂ ਮਤਲਬ ਜਾਂ ਤਾਂ ਬਿੱਕਰ ਸਿੰਘ ਦੇ ਪਰਿਵਾਰ ਨੇ, ਸਨੇਹੀਆਂ ਨੇ, ਜਾਂ ਉਹਦੇ ਬੱਚੇ ਦੇ, ਉਹ ਬੱਚੇ ਦਾ ਸੁਭਾਅ ਹੀ ਇੰਨਾ ਚੰਗਾ ਸੀ, ਇੰਨਾ ਲਾਇਕ ਬੱਚਾ ਸੀ ਵੀ ਉਹਦੇ ਜਿਹੜੇ ਮਿੱਤਰ ਹੈ ਉਹਨਾਂ ਨੇ ਸਾਰਾ ਭੱਜ ਨੱਠ ਕਰਕੇ ਇੱਥੋਂ ਡੈੱਡ ਬੋਡੀ ਲਿਆਉਣ ਤੱਕ ਮਤਲਬ ਭੱਜ ਨੱਠ ਕੀਤੀ। ਅੱਜ 9 ਵਜੇ ਦਾ ਟਾਈਮ ਸੀ ਵੀ ਅੰਮ੍ਰਿਤਸਰ ਹਵਾਈ ਅੱਡੇ 'ਤੇ ਡੈੱਡ ਬੋਡੀ ਪਹੁੰਚਣੀ ਹੈ। ਮਤਲਬ ਉਹ ਸਵੇਰ ਦੇ ਇੱਥੋਂ ਪਰਿਵਾਰ ਅਤੇ ਉਹ ਮੁੰਡੇ ਗਏ ਹੋਏ ਸੀ, ਉੱਥੋਂ ਵੀ ਥੋੜ੍ਹਾ ਲੇਟ ਹੋਣ ਕਰਕੇ ਸੰਸਕਾਰ ਲੇਟ ਹੋ ਗਿਆ। ਮਤਲਬ ਉੱਥੇ ਡੈੱਡ ਬੋਡੀ ਆਉਣ 'ਚ ਕੁਛ ਸਮਾਂ ਲੇਟ ਹੋ ਗਈ ਅਤੇ ਹੁਣ ਸੰਸਕਾਰ ਉਹਦਾ ਲੜਕੇ ਦਾ ਹੋ ਚੁੱਕਿਆ। ਬਹੁਤ ਹੀ ਇਹ ਇਕੱਲੇ ਬਿੱਕਰ ਸਿੰਘ ਦੇ ਪਰਿਵਾਰ ਨਾਲ ਤਾਂ ਜੋ ਪਹਾੜ ਡਿੱਗਿਆ, ਜਾਣੀ ਸਾਰਾ ਭਦੌੜ ਹੀ, ਸ਼ਹਿਰ ਸਾਰਾ ਭਦੌੜ, ਸਾਰਾ ਇਲਾਕਾ ਹੀ ਇਸ ਗੱਲ 'ਚ ਬਹੁਤ ਗਮਗੀਨ ਹੈ ਕਿ ਉਹ ਬੱਚਾ ਹੀ ਇੰਨਾ ਪਿਆਰਾ ਸੀ।